ਇਹਦੇ ਵਿੱਚ ਦੇਖੋ ਤੁਸੀਂ ਆਹ ਪੱਤੇ ਖਾਧੇ ਹੋਏ ਆ। ਹਾਂਜੀ ਠੀਕ ਹੈ। ਹੁਣ ਕੋਈ ਵੀ ਸੁੰਡੀ ਆ, ਅਸੀਂ ਦੇਖਦੇ ਹਾਂ ਜੀ ਆਹ ਪੱਤੇ ਖਾਧੇ ਹੋਏ ਆ, ਇਹ ਪੀਲੇ ਬਿਰੰਗ ਦੇ ਹੋਏ ਆ, ਠੀਕ ਹੈ। ਸਾਨੂੰ ਇਹ ਹੁੰਦਾ ਵੀ ਪੱਤੇ ਖਾਣ ਵਾਲੀ ਸੁੰਡੀ ਆ ਗਈ, ਅਸੀਂ ਸਪਰੇਅ ਕਰ ਦਈਏ। ਅਸੀਂ ਇਹਦੇ ਵਿੱਚ ਇਹ ਨਹੀਂ ਦੇਖਿਆ ਕਿ ਜੇ ਸੁੰਡੀ ਨੇ ਇਹ ਪੱਤੇ ਖਾਧੇ ਹੋਏ, ਇਹ ਪੱਤੇ ਪੁਰਾਣੇ ਆ ਜਾਂ ਨਵੇਂ ਪੱਤੇ ਆ। ਹੁਣ ਤੁਸੀਂ ਇੱਥੇ ਦੇਖੋ ਕਿ ਨਵੇਂ ਪੱਤੇ ਬੜੇ ਸੋਹਣੇ ਇੱਥੇ ਨਿਕਲ ਰਹੇ ਆ, ਨਵੇਂ ਠੀਕ ਆ, ਬਹੁਤ ਵਧੀਆ ਹੈਗੇ ਆ। ਥੋੜਾ ਥੋੜਾ ਸਾਰਾ ਪੱਤਾ ਜਿਹੜਾ ਉਹ ਨਹੀਂ ਖਾਧਾ ਹੋਇਆ, ਇੰਨਾ ਪੱਤਾ ਖਾਧਾ, ਬਾਕੀ ਦਾ ਜਿੰਨਾ ਹਰਾ ਪੱਤਾ ਹੈ ਪੂਰੀ ਖੁਰਾਕ ਬਣਾ ਰਿਹਾ। ਠੀਕ ਆ, ਠੀਕ ਹੈ। ਜਦੋਂ ਜਦੋਂ ਹੋਰ ਬੂਟਾ ਵੱਡਾ ਹੋਣਾ, ਇਹ ਜਦੋਂ ਮੋਰੀਆਂ ਨਿਕਲ ਗਈਆਂ, ਥੱਲੇ ਕੋਈ ਹੋਰ ਪੱਤੇ ਆਉਣਗੇ, ਇਹਨਾਂ ਮੋਰੀਆਂ ਦੇ ਵਿੱਚੋਂ ਦੀ ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਥੱਲੇ ਪੱਤਿਆਂ ਤੇ ਪਏਗੀ, ਫਾਇਦਾ ਹਵਾ ਵੀ ਜਿਹੜੀ ਇਹਦੇ ਵਿੱਚੋਂ ਦੀ ਕ੍ਰੋਸ ਹੋਏਗੀ। ਉਹ ਪੱਤਾ ਜਿਹੜੇ ਜਦੋਂ ਸੂਰਜ ਦੀ ਰੋਸ਼ਨੀ ਹੋਰ ਪੱਤਿਆਂ ਤੇ ਪਏਗੀ, ਧੁੱਪ ਪਹੁੰਚੇਗੀ, ਪੌਦੇ ਨੇ ਜਿਹੜੀ ਪੱਤੇ ਨੇ ਖੁਰਾਕ ਬਣਾਉਣੀ ਹੁੰਦੀ ਹੈ, ਜਦੋਂ ਧੁੱਪ ਪੈਂਦੀ ਆ ਉਦੋਂ ਹੀ ਖੁਰਾਕ ਬਣਾਉਣੀ। ਠੀਕ ਆ। ਸੋ ਅਸੀਂ ਇਹੀ ਦੇਖਣਾ ਕਿ ਇੰਨਾ ਜੇ ਏਰੀਆ ਇਹਨੇ ਖਾਧਾ, ਇਸ ਤੋਂ ਵੱਡੇ ਤਾਂ ਪੱਤੇ ਹੋਰ ਵੀ ਆ ਚੁੱਕੇ ਆ। ਵੀ ਬਜ਼ੁਰਗ ਆ, ਇਹ ਪੱਤੇ ਦੀ ਜਦੋਂ ਜੋ ਇਹਦਾ ਕੰਮ ਸੀਗਾ, ਉਹ ਬਜ਼ੁਰਗ ਜਿਹੜਾ ਆ ਆਪਣਾ ਘਰ ਬਣਾ ਕੇ ਕਾਰੋਬਾਰ ਸੈੱਟ ਕਰਕੇ ਦੇ ਗਿਆ, ਹੁਣ ਤਾਂ ਨਵੇਂ ਪੱਤਿਆਂ ਨੇ ਅੱਗੇ ਤੋਰਨੀ ਗੱਲ। ਇੱਕ ਦੋ ਤਿੰਨ ਚਾਰ ਬਿਲਕੁਲ ਸਾਫ਼ ਆ ਰਹੇ, ਸਾਫ਼ ਆ ਰਿਹਾ, ਨਵੇਂ ਪੱਤੇ ਆ ਰਹੇ, ਨਵੀਆਂ ਟਹਿਣੀਆਂ ਬੜੇ ਸੋਹਣੇ ਨੂੰ ਦੇਖੋ, ਫੁੱਲ ਨਿਕਲੇ ਹੋਏ ਆ। ਸੋ ਇਹ ਚੀਜ਼ ਸਮਝਣ ਵਾਲੀ, ਅਸੀਂ ਜਦੋਂ ਹੀ ਕੋਈ ਬੂਟੇ ਤੇ ਦੇਖਦੇ ਹਾਂ ਜਿਹੜੀ ਇੱਕੋ ਹੀ ਹੈ ਤੇ ਪੱਤੇ ਉਹਦੇ ਜੀ ਖਾਣੇ ਸ਼ੁਰੂ ਹੋ ਗਏ, ਅਸੀਂ ਕਹਿੰਦੇ ਸਪਰੇਅ ਕਰਦੇ ਪੱਤੇ ਖਾਣ ਵਾਲੀ ਸੁੰਡੀ ਆ ਗਈ। ਸੋ ਅਸੀਂ ਇਹ ਦੇਖਣਾ ਆ ਵੀ ਨੁਕਸਾਨ ਤਾਂ ਜ਼ਰੂਰ ਕਰਦੀ ਆ ਉਹ, ਪਰ ਕਿੰਨਾ ਨੁਕਸਾਨ ਕਰਦੀ ਆ ਉਹ, ਔਰ ਅਸਲੀ 'ਚ ਕੋਈ ਨੁਕਸਾਨ ਹੁੰਦਾ ਵੀ ਹੈ। ਜਿੱਦਾਂ ਇਹ ਹੀ ਆ ਬੂਟਾ ਵੀ, ਇਹਦੇ ਤੁਸੀਂ ਇੱਕ ਹਫ਼ਤੇ ਗਿਣ ਸਕਦੇ ਵਿੱਚ ਕਿੰਨੇ ਟਹਿਣੀਆਂ ਨਿਕਲੀਆਂ, ਕਿੰਨੇ ਇਹਦੇ ਵਿੱਚ ਫੁੱਲ ਨਿਕਲੇ ਆ, ਕਿੰਨੇ ਫਲ ਬਣੇ ਹੋਏ ਆ। ਅਗਲੇ ਹਫ਼ਤੇ ਦੇਖ ਲਓ ਵੀ ਕੀ ਆਹ, ਜੇ ਥੋੜ੍ਹਾ ਜਿਹਾ ਕਿਨਾਰੀਆਂ ਕਿਤੇ ਜੇ ਵਿੱਚੋਂ ਪੱਤਾ ਖਾਧਾ ਹੋਇਆ, ਵੀ ਉਹਦਾ ਕੋਈ ਨੁਕਸਾਨ ਹੋ ਰਿਹਾ, ਵੀ ਇਹ ਅੱਗੇ ਵੱਧ ਰਿਹਾ ਬੂਟਾ ਜਾਂ ਨਹੀਂ ਵੱਧ ਰਿਹਾ, ਕਿੰਨਾ ਵੱਧ ਰਿਹਾ। ਇੱਕ ਜਿਹੜਾ ਬੂਟਾ ਜਿਹਦੇ ਪੱਤੇ ਨਹੀਂ ਖਾਧੇ ਹੋਏ ਆ, ਠੀਕ ਹੈ, ਉਹ ਜਿਹੜਾ ਹੈਗਾ ਵੀ ਤੁਸੀਂ ਉਹਤੇ ਗਿਣ ਲੈਣੇ, ਉਹਤੇ ਕਿੰਨੇ ਫਲ ਲੱਗੇ ਹੋ। ਜੇ ਦੋਨਾਂ 'ਚ ਕੋਈ ਜ਼ਮੀਨ ਸਮਾਨ ਦਾ, ਮੰਨ ਲਓ ਵੀ ਜਿਸ ਬੂਟੇ ਦੇ ਕੋਈ ਪੱਤਾ ਨਹੀਂ ਖਾਧਾ ਹੋਇਆ, ਉਹ ਤੇ 10 ਫਲ ਲੱਗਦੇ ਆ, ਇਹ ਤੇ 9 ਫਲ ਲੱਗਦੇ ਆ, ਕਿੰਨਾ ਨੁਕਸਾਨ ਹੋ ਗਿਆ। ਇੱਕ ਫਲ ਦਾ ਨੁਕਸਾਨ ਹੋ ਗਿਆ, ਉਹਨੂੰ ਤੁਸੀਂ ਦੇਖਣਾ ਵੀ ਹਾਂ ਇਹ ਨੁਕਸਾਨ ਕਿੰਨਾ ਕਰ ਕਿੰਨਾ ਰਿਹਾ। ਨੁਕਸਾਨ ਦੀ ਅਸੀਂ ਮਿਕਦਾਰ ਨਾ ਬਣੀ ਹੈ, ਵੀ ਜਿੱਦਾਂ ਬੁਖਾਰ ਦਾ ਅਸੀਂ ਕਹਿੰਦੇ ਨਾ ਵੀ 98.4 ਹੈ, ਵੀ 99 ਹੋਇਆ, 100 ਹੋਇਆ, ਦਵਾਈ ਉਸ ਦੇ ਹਿਸਾਬ ਨਾਲ। ਵੀ ਮੈਨੂੰ ਇੰਨੀ ਲੋੜ ਹੈ ਵੀ ਕਿ ਇੱਕ ਬੂਟੇ ਤੇ ਮੰਨ ਲਓ ਵੀ 100 ਤੁਹਾਡੇ ਫਲ ਖਰਾਬ ਹੋ ਜਾਂਦੇ ਆ, ਘੱਟ ਹੁੰਦੇ ਆ ਜੀ ਇੱਦਾਂ ਦੇ ਪੱਤੇ ਖਾਣ ਦੇ ਨਾਲ, 100 ਫਲ ਜਿਹੜਾ ਵੀ ਕਿੰਨਾ ਉਹਦਾ ਭਾਰ ਹੋਊਗਾ, ਉਹ ਕਿੰਨੇ ਰੁਪਏ ਦਾ ਜਿਹੜਾ ਫਲ ਉਹਨਾਂ ਬਣੂਗਾ। ਅਸੀਂ ਤਾਂ ਔਸਤ ਲਾ ਕੇ ਦੇਖਣੀ ਆ ਵੀ 10 ਬੂਟੇ 20 ਬੂਟੇ ਖੇਤ 'ਚ ਗਿਣ ਲਓ, ਉਹਦੀ ਔਸਤ ਲਾ ਕੇ ਕੱਢ ਕੇ ਦੇਖ ਲਓ ਤੁਸੀਂ ਵੀ ਕੀ ਉਹਨੂੰ ਖੇਤ ਦੇ ਵਿੱਚ ਮਲਟੀਪਲਾਈ ਕਰ ਲਓ ਤੁਸੀਂ, ਵੀ ਇੰਨੇ ਬੂਟੇ ਆ ਵੀ ਉਸ ਹਿਸਾਬ ਨਾਲ ਵੀ ਕਿੰਨੇ ਨੁਕਸਾਨ ਹੋਊਗੇ, ਕਿਹੜੀ ਸਪਰੇਅ ਆ, ਵੀ ਸਪਰੇਅ ਦਾ ਖਰਚਾ ਜਿਹੜਾ ਜੇ ਮੈਂ ਨਹੀਂ ਸਪਰੇਅ ਕਰਦਾ ਤਾਂ ਇੰਨੇ ਮੰਨ ਲਓ ਇਹਦਾ ਨੁਕਸਾਨ ਹੁੰਦਾ, ਮੰਨ ਕੇ ਚੱਲਦੇ ਅਸੀਂ, ਅਤੇ ਕਿੰਨੇ ਦੀ ਸਪਰੇਅ ਮੈਂ ਕਰਦਾ, ਜਿੰਨੇ ਫਲ ਸਾਡੇ ਨੁਕਸਾਨ ਹੋਣਗੇ ਉਹਦੀ ਕੀਮਤ ਬਾਜ਼ਾਰ 'ਚ ਕੀ ਆ, ਅਤੇ ਸਪਰੇਅ ਦੀ ਕੀ ਕੀਮਤ ਕੀ ਆ। ਜੇ ਤਾਂ ਉਸ ਫਲ ਦੀ ਕੀਮਤ ਸਪਰੇਅ ਨਾਲੋਂ ਜ਼ਿਆਦਾ ਹੈਗੀ ਆ, ਫਿਰ ਤਾਂ ਅਸੀਂ ਕਹਿੰਦੇ ਹਾਂ ਵੀ ਸਪਰੇਅ ਕਰਕੇ ਇਹਦਾ ਕੁਛ ਬਚਾਅ ਕਰ ਸਕਦੇ ਹਾਂ। ਕੁਛ ਬੂਟੇ ਤੁਸੀਂ ਛੱਡ ਕੇ ਦੇਖ ਲਓ ਵੀ ਕੀ ਸੱਚੀ ਸਪਰੇਅ ਕਰਨ ਨਾਲ ਵੀ ਇਹ ਬੂਟੇ ਦੇ ਕੋਈ ਇੱਦਾਂ ਦਾ ਕੀੜਾ ਆਉਂਦਾ ਹੈ ਜਾਂ ਨਹੀਂ ਆਉਂਦਾ। ਕੁਛ ਬੂਟੇ ਸਪਰੇਅ ਕਰਕੇ ਦੇਖ ਲਓ ਕਿ ਉੱਧਰ ਜਿਹੜੇ ਪੱਤੇ ਆ ਇੱਦਾਂ ਕੋਈ ਕੀੜਾ ਖਾ ਰਿਹਾ ਜਾਂ ਨਹੀਂ ਖਾ ਰਿਹਾ, ਮਤਲਬ ਅਸੀਂ ਇੱਕ ਫਰਕ ਤਾਂ ਦੇਖੀਏ ਨਾ ਉਹਦਾ ਕਿ ਸਪਰੇਅ ਕਰਨ ਨਾਲ ਸਾਨੂੰ ਫਾਇਦਾ ਕੁਛ ਹੋ ਵੀ ਰਿਹਾ ਜਾਂ ਕਿ ਬਸ ਮਨ ਨੂੰ ਸ਼ਾਂਤੀ ਮਿਲੀ ਹੈ। ਸੋ ਇਹ ਚੀਜ਼ਾਂ ਅਸੀਂ ਚੈੱਕ ਕਰਨੀਆਂ ਹਰ ਹਫ਼ਤੇ ਜਦੋਂ ਅਸੀਂ ਦੇਖਾਂਗੇ। ਕੁਛ ਬੂਟਿਆਂ ਦੇ ਨਿਸ਼ਾਨੀਆਂ ਲਾ ਕੇ ਦੇਖ ਲਓ, ਖੇਤ ਵਿੱਚ ਲਗਾਤਾਰ ਸਰਵੇ ਕਰਦੇ ਰਹੋ, ਤੁਹਾਨੂੰ ਸਾਰਾ ਕੁਛ ਪਤਾ ਲੱਗਦਾ।